ਸਨਕਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਧੂ ਬੁਟੀਕ ਅੰਮ੍ਰਿਤਸਰ ਚੈਨਲ ਤੇ ਹੋਰ ਸੁਣਾਓ ਕੀ ਹਾਲ ਸਾਰੇ ਠੀਕ ਠਾਕ ਹੋ ਹਾਂਜੀ ਅੱਜ ਅਸੀਂ ਤੁਹਾਡੇ ਵਾਸਤੇ ਫੇਰ ਸੂਟ ਬਹੁਤ ਸੋਹਣੇ ਗਰਮ ਸੂਟ ਜਿਹੜੇ ਨੇ ਲੈ ਕੇ ਆਏ ਨੇ ਇਹਨਾਂ ਸੂਟਾਂ ਤੇ ਅਸੀਂ ਮਸ਼ੀਨੀ ਵਰਕ ਕਰਵਾਇਆ ਉਹ ਤੁਹਾਨੂੰ ਦਿਖਾਉਨੇ ਆ ਨੇ ਕੁਝ ਸੂਟ ਜਿਹੜੇ ਨੇ ਆਪਣੇ ਹੈਂਡ ਵਰਕ ਦੇ ਆਰੀ ਵਰਕ ਦੇ ਰੈਡੀ ਹੋਏ ਨੇ ਉਹ ਵੀ ਤੁਹਾਨੂੰ ਦਿਖਾਉਨੇ ਨੇ ਰੈਡੀ ਹੋ ਕੇ ਆਏ ਨੇ ਸੂਟ ਬਹੁਤ ਸੋਹਣੇ ਜਿਹੜੇ ਤਿਆਰ ਹੋਏ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਪਵਾਉਣਾ ਇਹਨਾਂ ਦੇ ਵਿੱਚੋਂ ਤੁਸੀਂ ਸਕਰੀਨਸ਼ਾਟ ਲੈ ਕੇ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਹਾਂਜੀ ਵੀਡੀਓ ਪਸੰਦ ਆਈ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਚਲੋ ਚੱਲਦੇ ਹਾਂ ਦਿਖਾਉਂਦੇ ਤੁਹਾਨੂੰ ਸੂਟ ਜਿਹੜੇ ਆਪਾਂ ਰੈਡੀ ਕੀਤੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਸੂਟ ਜਿਹੜੇ ਦਿਖਾਉਣੇ ਆਪਾਂ ਤੁਹਾਨੂੰ ਗਰਮ ਸੂਟ ਦਿਖਾਉਣੇ ਨੇ ਜਿਹੜੇ ਬਣ ਕੇ ਆਏ ਨੇ ਹਾਂਜੀ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਇਹ ਜਿਹੜਾ ਸੂਟ ਆ ਗ੍ਰੇ ਕਲਰ ਲਾਈਟ ਗ੍ਰੇ ਸ਼ੇਡ ਆ ਜਿਹੜਾ ਤੁਹਾਨੂੰ ਮੈਂ ਦਿਖਾਉਣ ਲੱਗੀ ਹਾਂ ਸੂਟ ਬਹੁਤ ਸੋਹਣਾ ਰੈਡੀ ਹੋਇਆ ਹੈ ਇਹਦੇ ਉੱਪਰ ਆਪਾਂ ਘੇਰੇ ਤੇ ਜਿਹੜਾ ਮਸ਼ੀਨੀ ਵਰਕ ਕਰਵਾਇਆ ਕਲਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਟ ਜਾਂ ਗ੍ਰੇ ਕਲਰ ਆ ਇਹ ਦੇਖੋ 올ਡ ਏਜ ਵਾਸਤੇ ਕਲਰ ਬਹੁਤ ਹੀ ਫਾਈਨ ਹੈ ਬਹੁਤ ਸੋਹਣਾ ਕਲਰ ਹੈ ਇਹਦੀਆਂ ਬਾਜੂ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਧਰ ਬਾਜੂ ਬਣਾਈ ਆ ਆਪਾਂ ਸੇਮ ਇੱਕ ਇੱਕ ਫਲਾਵਰ ਜਿਹੜਾ ਆਪਣਾ ਬਾਜੂ ਦੇ ਉੱਪਰ ਆਇਆ ਇਹ ਦੇਖੋ ਬਹੁਤ ਸੋਹਣਾ ਸੂਟ ਜਿਹੜਾ ਹੈ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਹੈ ਰੈਡੀ ਕਰਵਾ ਸਕਦੇ ਹੋ ਪਲੇਨ ਪਸ਼ਮੀਨਾ ਆ ਬਿਲਕੁਲ ਵੂਲ ਬਹੁਤ ਹੀ ਪਿਆਰਾ ਫਾਈਨ ਫੈਬਰਿਕ ਹੈ ਇਹ ਦੇਖੋ ਇਹਦੇ ਵਿੱਚ ਜਿਹੜਾ ਇੱਕ ਸੂਟ ਹੋਰ ਰੈਡੀ ਕਰਵਾਇਆ ਹੈ ਰੈੱਡ ਕਲਰ ਦਾ ਸੂਟ ਹੈ ਵੀ ਇਹ ਵੀ ਸੂਟ ਬਹੁਤ ਸੋਹਣਾ ਸੇਮ ਫੈਬਰਿਕ ਹੈ ਡਿਜ਼ਾਈਨ ਥੋੜ੍ਹਾ ਅਲੱਗ ਪਾਇਆ ਹੈ ਬਟ ਜਿਹੜਾ ਫੈਬਰਿਕ ਹੈ ਸੇਮ ਆਏਗਾ ਇਹ ਦੇਖੋ ਤੁਸੀਂ ਰੈੱਡ ਕਲਰ ਦੇ ਉੱਪਰ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਫਾਈਨ ਆ ਰਿਹਾ ਸੇਮ ਡਿਜ਼ਾਈਨ ਜਿਹੜਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਪਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹਦੇ ਵਿੱਚ ਕਲਰ ਲੈਣੇ ਹੋਣ ਤੁਹਾਨੂੰ ਕਲਰ ਮਿਲ ਜਾਣਗੇ ਇਹ ਸੇਮ ਹੈ ਦੇਖੋ ਡਿਜ਼ਾਈਨ ਜਿਹੜਾ ਹੈ ਇਹ ਬਾਜੂ 'ਤੇ ਹੈ ਦੁਪੱਟੇ ਜਸਟ ਰੈਡੀ ਹੋ ਰਹੇ ਨੇ ਸੂਟ ਰੈਪ ਬਣ ਕੇ ਆਏ ਸੀ ਇਸ ਕਰਕੇ ਤੁਹਾਨੂੰ ਸੂਟ ਦਿਖਾ ਰਹੇ ਹਾਂ ਇਹ ਰੈੱਡ ਸ਼ੇਡ ਸੇਮ ਫੈਬਰਿਕ ਪਸ਼ਮੀਨਾ ਪਲੇਨ ਪਸ਼ਮੀਨਾ ਆਏਗਾ ਬਿਲਕੁਲ ਗਰਮ ਹੈ ਸੇਮ ਫੈਬਰਿਕ ਥੋੜ੍ਹਾ ਜਿਹਾ ਫਰਕ ਹੈ ਇਹਦੇ ਨਾਲੋਂ ਡਿਜ਼ਾਈਨ ਜਿਹੜਾ ਅਸੀਂ ਗ੍ਰੇ ਵਾਲੇ ਪਾਇਆ ਇਹਦੇ 'ਤੇ ਕਸਟਮਰ ਨੇ ਇਹੀ ਪਸੰਦ ਕੀਤਾ ਸੀ ਇਹ ਦੇਖੋ ਸਕਿਨ ਦੇ ਉੱਪਰ ਡਿਜ਼ਾਈਨ ਦੇ ਸਕਦੇ ਕਿੰਨਾ ਉੱਠਿਆ ਇਹ ਵੀ ਗਰਮ ਹੈ ਗਰਮ ਸੂਟ ਦੇ ਉੱਪਰ ਕਲਰ ਤੁਸੀਂ ਕੋਈ ਵੀ ਲੈਣਾ ਹੋਵੇ ਤੁਹਾਨੂੰ ਕਲਰ ਮਿਲ ਜਾਏਗਾ ਬਾਜੂ 'ਤੇ ਸੇਮ ਡਿਜ਼ਾਈਨ ਆਏਗਾ ਇਹ ਕਸਟਮਰ ਨੇ ਆਪਣੀ ਚੋਇਸ ਦੇ ਹਿਸਾਬ ਨਾਲ ਸਾਰੇ ਜਿਹੜੇ ਡਿਜ਼ਾਈਨ ਪਵਾਏ ਨੇ ਹਾਂਜੀ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਿੰਦੀ ਜੇ ਤੁਸੀਂ ਲੈਣਾ ਹੋਵੇ ਇਹ ਪਲੇਨ ਦੇ ਵਿੱਚ ਕਲਰ ਆਏਗਾ ਪਿਸਤਾ ਕਲਰ ਸੀਕ੍ਰੀਨ ਕਲਰ ਇੱਕ ਇਹ ਕਲਰ ਆਏਗਾ ਇੱਕ ਫਰੋਜੀ ਕਲਰ ਕਲਰ ਤੁਸੀਂ ਦੇ ਸਕਦੇ ਹੋ ਪਸ਼ਮੀਨੇ ਦੇ ਵਿੱਚ ਪਲੇਨ ਇਹ ਬਲੈਕ ਕਲਰ ਹਾਂਜੀ ਬਾਕੀ ਵੀ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਤੁਸੀਂ ਲੈਣੇ ਹੋਣ ਅੱਗੇ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਹੈਂਡਵਰਕ ਦੇ ਜਿਹੜੇ ਸੂਟ ਆਪਾਂ ਕੋਲ ਬਣੇ ਆ ਇਹ ਦੇਖੋ ਪਿਓਰ ਸ਼ਨੀਲ ਦੇ ਉੱਪਰ ਜਿਹੜਾ ਅਸੀਂ ਹੈਂਡਵਰਕ ਕਰਵਾਇਆ ਬਹੁਤ ਸੋਹਣਾ ਜਿਹੜਾ ਹੈ ਇਹ ਸੂਟ ਬਣ ਕੇ ਆਇਆ ਇਹ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸੇਮ ਡਿਜ਼ਾਈਨ ਬਣਾਉਣਾ ਹੋਵੇ ਕਿਸੇ ਵੀ ਫੈਬਰਿਕ ਦੇ ਉੱਪਰ ਬਣਾ ਸਕਦੇ ਹੋ ਸ਼ਨੀਲ ਦੇ ਉੱਪਰ ਬਣਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹ ਦੇਖੋ ਬਾਜੂ ਮੈਂ ਤੁਹਾਨੂੰ ਦਿਖਾਉਣੀ ਇਹਦੀਆਂ ਬਾਜੂ ਵੀ ਬਹੁਤ ਸੋਹਣੀਆਂ ਹੈਵੀ ਬਾਜੂ ਬਣੀਆਂ ਨੇ ਬਾਜੂ ਦੇਖੋ ਬਾਜੂ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੇਖੋ ਬਾਜੂ ਬਹੁਤ ਹੀ ਪਿਆਰੀਆਂ ਬਾਜੂ ਜਿਹੜੀਆਂ ਬਣੀਆਂ ਹੈ ਇਹ ਦੇਖੋ ਬਾਜੂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਾਈਨ ਜਿਹੜਾ ਹੈ ਇਹ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਸੇਮ ਡਿਜ਼ਾਈਨ ਜਿਹੜਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਅਗਰ ਸ਼ਨੀਲ ਦੇ ਉੱਪਰ ਨਹੀਂ ਬਣਾਉਣਾ ਚਾਹੁੰਦੇ ਕਿਸੇ ਵੀ ਫੈਬਰਿਕ ਦੇ ਉੱਪਰ ਬਣਾ ਸਕਦੇ ਹੋ ਡਿਜ਼ਾਈਨ ਦੇਖੋ ਇਹ ਪਿਓਰ ਸ਼ਨੀਲ ਦੇ ਉੱਪਰ ਮੈਂ ਰੂਨ ਕਲਰ ਦੇ ਉੱਪਰ ਬਣਿਆ ਹੋਇਆ ਹੈ ਸ਼ਰਟ ਦੇ ਉੱਪਰ ਅਸੀਂ ਪੂਰੀ ਪ੍ਰੋਪਰ ਪਾਈਪਿੰਗ ਦੇ ਕੇ ਫਿਨਿਸ਼ਿੰਗ ਦੇ ਕੇ ਦੇਖੋ ਇਸ ਨੂੰ ਸਟਿਚ ਕਰਵਾਇਆ ਸਟਿਚਿੰਗ ਵੀ ਤੁਸੀਂ ਦੇ ਸਕਦੇ ਹੋ ਪ੍ਰੋਪਰ ਇਹਦੀ ਬਹੁਤ ਸੋਹਣੀ ਸ਼ਰਟ ਜਿਹੜੀ ਰੈਡੀ ਹੋਈ ਹੈ ਹਾਂਜੀ ਨੈਕਸਟ ਸੂਟ ਜਿਹੜਾ ਤੁਹਾਨੂੰ ਦਿਖਾਵਾਂਗੀ ਆਰੀ ਵਰਕ ਦੇ ਉੱਪਰ ਰੈਡੀ ਕਰਵਾਇਆ ਹੈ ਪਿਓਰ ਔਰਗੈਂਜ਼ਾ ਦਾ ਸੂਟ ਹੈ ਲਾਈਟ ਪਿਸਤਾ ਸ਼ੇਡ ਹੈ ਆਰੀ ਵਰਕ ਅਸੀਂ ਕਰਵਾਇਆ ਇਹ ਦੇਖੋ
आरी वर्क बहुत ही फिनिशिंग दे नाल जड़ा है आरी वर्क होया है, बहुत सोहना होया है, बहुत ही फाइन जड़ा है रेडी होया सूट। यह देखो बाजू दी प्योर ऑर्गेंजा का सूट है, आरी वर्क असी करवाया घेरे ते ते बाजू ते, ते दुपट्टा इहदा तुसी दे सकते हो प्योर ऑर्गेंजा का रेडी करवाया नाल। इत्ते सिर्फ स्कैल्पिंग करवाई है, स्कैल्पिंग बहुत सोहनी हुई दुपट्टे की, तुसी स्कैल्पिंग देख सकते हो। यह देखो स्कैल्पिंग बहुत सोहनी आई है, फोर साइडेड जिहड़ी असी स्कैल्पिंग करवाई दुपट्टे ते। यह देखो सूट तुसी देख सकते हो, सूट बहुत सोहना जिहड़ा लग रहा है, लाइट पिस्ता शेड है प्योर ऑर्गेंजा के उपर। तुसी किसी भी फैब्रिक ते किसी भी कलर ते रेडी करवा सकते हो, सेम सूट रेडी करवाना करवा सकते हो। नैक्स सूट जिहड़ा दिखावांगे इह भी सूट बहुत सोहना बनया है, हैंडवर्क के उपर शिमर के उपर। यह जिहड़ा फैब्रिक है शिमर लगाया है, शिमर के उपर असी रेडी करवाया। यह देखो डिजाइन तुसी देखो बहुत सोहना डिजाइन बनया, घेरे का डिजाइन देखो, नलकी का काम आ रहा है, पर्ल का काम आ रहा है, तो थ्रैड का काम आ रहा है। इधर बाजू बनी है, यह देखो बहुत ही फाइन जहा कलर है शिमर का, तुसी शिमर से भी रेडी करवा सकते हो, बहुत ट्रेंडिंग दे विच फैब्रिक है, किसी भी कलर के उपर तुसी रेडी करवा सकते हो। बहुत सोहना सूट लगता है बनया होया, बहुत प्यारा डिजाइन बनया। ए सेम डिजाइन जिहड़ा तुसी किसी भी फैब्रिक ते शिमर ते किसी भी कलर के उपर रेडी करवा सकते हो। दुपट्टा देखो इन्हें जिहड़े असी दुपट्टा डाई करवाया प्योर ऑर्गेंजा का 3D नाल प्रॉपर लेसिंग का काम किया, देख सकते हो दुपट्टा, दुपट्टा बहुत सोहना रेडी होया, सिंपल सॉबर असी दुपट्टा जिहड़ा इन्हें रेडी करवाया। हाँ जी, ये साडे अज वाले सूट, इन्हां दे विच्चों तुहानू कोई भी सूट जिहड़ा पसंद आउंदा है, चाहे वह गर्म सूट है, चाहे हैंडवर्क है, चाहे आरी वर्क है, इन्हां दे विच्चों कोई भी तुहानू डिजाइन पसंद आउंदा तुसी किसी भी फैब्रिक ते किसी भी कलर के उपर जिहड़ा रेडी करवा सकते हो। फैब्रिक हर तरह का साडे को अवेलेबल है, तुसी लैके रेडी करवा सकते हो, स्क्रीनशॉट लैके वट्सअप नंबर पर भेज के बुक करवा सकते हो, रेडी करवा सारे सूट जिहड़े ने कस्टमर्स दे रेडी होए ने, तुसी कोई भी सूट रेडी करवाना अपने तौर पर रेडी करवा सकते हो। इस तरह फिर नैक्सट वीडियो दे विच मिलते हैं सोने सोने सूटां दे नाल। वीडियो पसंद आई लाइक करना, शेयर करना, कमेंट करना, जिन्होंने चैनल को सबसक्राइब नहीं किया जरूर कर लेना। मिलते हैं फिर नैक्सट वीडियो दे विच, सारे नूं सत श्री अकाल।